ਮੇਲੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਇਹਨਾਂ ਮੇਲਿਆਂ ਦੇ ਰਾਹੀਂ ਪ੍ਰਾਤਨ ਹੋਂਦ ਦੀ ਅਹਿਸਾਸ ਜੋ ਹੈ ਉਹ ਜ਼ਰੂਰ ਕਰਵਾਇਆ ਜਾ ਰਿਹਾ ਰਾਜਸਥਾਨੀ ਕਲਚਰ ਹੈ ਜਿਹੜਾ ਉਹ ਅਲੱਗ ਤੋਂ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਦਿਖਾਇਆ ਹੋਇਆ ਉਹਨੇ ਝੂਲੇ ਲੱਗੇ ਹੋਏ ਨੇ ਇੱਕ ਤੋਂ ਇੱਕ ਪੂਰਾ ਨਜ਼ਾਰਾ ਤਾਂ ਕਰਕੇ ਇਹ ਮੇਲਾ ਅਸੀਂ ਸਪੈਸ਼ਲ ਦੇਖਣ ਆਏ ਪੰਜਾਬ ਆਪਣੀ ਪੰਜਾਬੀਅਤ ਦੇ ਨਾਲ ਜਾਣਿਆ ਜਾਂਦਾ ਹੈ ਤੇ ਪੰਜਾਬੀਆਂ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਦੇ ਵੱਲੋਂ ਸਰਸ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਮੇਲੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਚਾਰ ਚਫੇਰੇ ਹਰ ਚੀਜ਼ ਲੱਗੀ ਹੋਈ ਹੈ ਚਾਹੇ ਆਪਾਂ ਪਹਿਰਾਵੇ ਦੀ ਗੱਲ ਕਰ ਲਈਏ ਚਾਹੇ ਖਾਣ ਪੀਣ ਦੀ ਗੱਲ ਕਰ ਲਈਏ ਤਾਂ ਹਰ ਚੀਜ਼ ਤੁਹਾਨੂੰ ਸਰਸ ਮੇਲੇ 'ਚ ਮਿਲ ਜਾਏਗੀ ਔਰ ਇਸ ਮੇਲੇ ਦਾ ਮੁੱਖ ਮੰਤਵ ਇਹੀ ਹੈ ਕਿ ਜੋ ਤੁਹਾਨੂੰ ਹੋਰਨਾਂ ਸੂਬਿਆਂ ਦੇ ਜੋ ਟ੍ਰੈਡੀਸ਼ਨ ਨੇ ਉਸਦੇ ਬਾਰੇ ਜਾਣੂ ਕਰਾਉਣਾ ਉੱਥੋਂ ਦੀ ਸੱਭਿਅਤਾ ਬਾਰੇ ਦੱਸਣਾ ਕਿ ਉੱਥੋਂ ਦੇ ਲੋਕਾਂ ਦਾ ਪਹਿਰਾਵਾ ਕਿਵੇਂ ਦਾ ਹੈ ਤਾਂ ਦੂਰੋਂ ਦੂਰੋਂ ਚੱਲ ਕੇ ਜੋ ਵਿਕਰੇਤਾ ਨੇ ਉਹਨਾਂ ਦੇ ਵੱਲੋਂ ਇਸ ਸਰਸ ਮੇਲੇ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਗਈ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਚਾਹੇ ਰਾਜਸਥਾਨ ਸੂਬੇ ਦੀ ਗੱਲ ਕਰ ਲਈਏ ਚਾਹੇ ਹੋਰ ਕਿਸੇ ਸੂਬੇ ਦੀ ਗੱਲ ਕਰ ਲਈਏ ਤਾਂ ਲਗਭਗ ਕਹਿ ਸਕਦੇ ਹਾਂ ਕਿ ਵੱਖ ਵੱਖ ਸੂਬਿਆਂ ਦੇ ਜੋ ਲੋਕ ਨੇ ਜੋ ਵਿਕਰੇਤਾ ਨੇ ਉਹਨਾਂ ਦੇ ਵੱਲੋਂ ਇੱਥੇ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਸੂਬੇ ਦੀਆਂ ਖਾਸੀਅਤ ਚੀਜ਼ਾਂ ਨੂੰ ਦਰਸਾਇਆ ਗਿਆ ਤਾਂ ਤਸਵੀਰਾਂ ਵੀ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇੱਧਰ ਖੱਬੇ ਪਾਸੇ ਵੀ ਸਾਡੇ ਜੋ ਸਟਾਲ ਨੇ ਉਹ ਲੱਗੇ ਹੋਏ ਨੇ ਤਾਂ ਇਸੇ ਤਰ੍ਹਾਂ ਹੀ ਇਸ ਮੇਲੇ ਦੀਆਂ ਜੋ ਰੌਣਕਾਂ ਨੇ ਉਹ ਬਣੀਆਂ ਹੋਈਆਂ ਨੇ ਹਾਲਾਂਕਿ ਸ਼ਾਮ ਦਾ ਸਮਾਂ ਤਾਂ ਸ਼ਾਮ ਨੂੰ ਅਕਸਰ ਲੋਕ ਜਦ ਕੰਮਕਾਜ ਤੋਂ ਵਿਹਲੇ ਹੋ ਜਾਂਦੇ ਨੇ ਤਾਂ ਅਕਸਰ ਉਹ ਮੇਲਿਆਂ ਵਿੱਚ ਜਾਂਦੇ ਨੇ ਤਾਂ ਇਹ ਮੇਲੇ ਦੀ ਰੌਣਕ ਆਪਣੇ ਆਪ ਦੇ ਵਿੱਚ ਬੜੀ ਖਾਸ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕ ਇੱਥੇ ਪੰਜਾਬੀ ਸੱਭਿਅਤਾ ਨੂੰ ਦਰਸਾਉਂਦੀਆਂ ਹੋਈਆਂ ਚੀਜ਼ਾਂ ਨੂੰ ਦਰਸਾਇਆ ਗਿਆ ਅਕਸਰ ਅਜਿਹੇ ਪਿੰਡ ਵਾਲਾ ਮਾਹੌਲ ਅੱਜ ਕੱਲ੍ਹ ਸਮੇਂ ਨਾਲ ਅਲੋਪ ਹੁੰਦਾ ਵਿਖਾਈ ਦਿੰਦਾ ਪਰ ਲੋਕਾਂ ਨੂੰ ਇਹਨਾਂ ਮੇਲਿਆਂ ਦੇ ਰਾਹੀਂ ਪ੍ਰਾਤਨ ਹੋਂਦ ਦੀ ਅਹਿਸਾਸ ਜੋ ਹੈ ਉਹ ਜ਼ਰੂਰ ਕਰਵਾਇਆ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇੱਕ ਪੰਜਾਬੀ ਪਹਿਰਾਵੇ ਦੀ ਇਹ ਦਿੱਖ ਆਪਣੇ ਆਪ ਦੇ ਵਿੱਚ ਖਿੱਚ ਬਣੀ ਹੋਈ ਹੈ ਚਾਹੇ ਆਪਾਂ ਫੁਲਕਾਰੀ ਦੀ ਗੱਲ ਕਰ ਲਈਏ ਚਾਹੇ ਆਪਾਂ ਇੱਧਰ ਮਧਾਣੀ ਦੀ ਗੱਲ ਕਰ ਲਈਏ ਤਾਂ ਹਰ ਪਾਸੇ ਹੀ ਇੱਥੇ ਰੌਣਕਾਂ ਲੱਗੀਆਂ ਹੋਈਆਂ ਨੇ ਲੋਕ ਪਹਿਲਾਂ ਵੀ ਇਦਾਂ ਹੀ ਘਰਾਂ ਵਿੱਚ ਮੰਜਿਆਂ ਤੇ ਬਹਿੰਦੇ ਸੀ ਸਮਾਂ ਬਿਤਾਉਂਦੇ ਸੀ ਤਾਂ ਹੁਣ ਵੀ ਉਹੀ ਕਹਿ ਸਕਦੇ ਹਾਂ ਕਿ ਸਬੱਬ ਬਣਿਆ ਹੋਇਆ ਤਾਂ ਮੇਲਿਆਂ ਦੇ ਰਾਹੀਂ ਲੋਕਾਂ ਨੂੰ ਜ਼ਰੂਰ ਜੋ ਹੈ ਕਹਿ ਸਕਦੇ ਹਾਂ ਕਿ ਇੱਕ ਖਾਸ ਚੀਜ਼ ਨਾਲ ਪਹਿਰਾਵਾ ਨਾਲ ਜੋੜਿਆ ਗਿਆ ਰੌਣਕਾਂ ਜੀ ਬਹੁਤ ਵਧੀਆ ਮਾਹੌਲ ਹੈ ਰੌਣਕਮਈ ਮਾਹੌਲ ਹੈ ਜਿਵੇਂ ਕਿ ਆਪਾਂ ਦੇਖ ਹੀ ਸਕਦੇ ਹਾਂ ਸਾਰੀਆਂ ਸਟੇਟਾਂ ਦੀਆਂ ਜਿਹੜੀਆਂ ਕਿ ਫੇਮਸ ਚੀਜ਼ਾਂ ਨੇਗੀਆਂ ਉਹਨਾਂ ਦੇ ਪਹਿਰਾਵੇ ਹੋ ਗਏ ਉਹਨਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਹੋ ਗਈਆਂ ਜੋ ਕਿ ਇਹਦੇ ਵਿੱਚ ਮੇਲੇ ਵਿੱਚ ਸ਼ਾਮਿਲ ਨੇ ਅਤੇ ਬਾਕੀ ਆਪਣੇ ਪੰਜਾਬ ਨੂੰ ਬਹੁਤ ਵਧੀਆ ਮਹਿਸੂਸ ਹੋਇਆ ਵੀ ਅਲੱਗ ਅਲੱਗ ਸਟੇਟਾਂ ਦੀਆਂ ਜਿਹੜੀਆਂ ਕਿ ਫੇਮਸ ਡਿਸ਼ਾਂ ਨੇ ਉਹ ਬਹੁਤ ਵਧੀਆ ਦਿਖਾਈ ਦੇ ਰਹੀਆਂ ਨੇ ਬਾਕੀ ਉੱਧਰ ਆਪਣਾ ਰੌਣਕ ਮੇਲਾ ਪੂਰਾ ਸੱਭਿਆਚਾਰਕ ਮੇਲਾ ਅਲੱਗ ਅਲੱਗ ਸਿੰਗਰਸ ਨੇ ਜਿਹੜੇ ਆ ਰਹੇ ਨੇ ਅਤੇ ਬਾਕੀ ਬਹੁਤ ਸੋਹਣਾ ਮਹਿਸੂਸ ਹੋ ਰਿਹਾ ਅਤੇ ਸਪੈਸ਼ਲ ਆਏ ਹਾਂ ਸੰਗਰੂਰ ਤੋਂ ਅਤੇ ਬਹੁਤ ਵਧੀਆ ਫੀਲ ਹੋ ਰਿਹਾ ਦੇਖਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਅਜਿਹੀਆਂ ਰੌਣਕਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਹਾਂਜੀ ਜੋ ਅਜਿਹੇ ਮੇਲੇ ਨੇ ਕਾਫੀ ਘੱਟ ਪੱਧਰ ਤੇ ਇਹਨਾਂ ਦਾ ਆਯੋਜਨ ਕੀਤਾ ਜਾਂਦਾ ਠੀਕ ਹੈ ਤੇ ਇਹ ਜਿਵੇਂ ਆਪਾਂ ਕਹਿ ਦਈਏ ਵੀ ਬਹੁਤ ਵਧੀਆ ਚੀਜ਼ ਆ ਕਹਿਣ ਦਾ ਭਾਵ ਵੀ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਮੇਲਾ ਹੈਗਾ ਅਲੱਗ ਅਲੱਗ ਸਟੇਟਾਂ ਬਾਰੇ ਦੱਸਣ ਉਹਨਾਂ ਦੀਆਂ ਡਿਸ਼ਾਂ ਹੋ ਗਿਆ ਉਹਨਾਂ ਦੇ ਫੇਮਸ ਚੀਜ਼ਾਂ ਹੋ ਗਈਆਂ ਅਤੇ ਬਹੁਤ ਵਧੀਆ ਗੁੱਡ ਫੀਲ ਹੁੰਦਾ ਹੁਣ ਅਸੀਂ ਉਰੇ ਵਧੀਆ ਬਹੁਤ ਚੀਜ਼ਾਂ ਲੱਗੀਆਂ ਹੋਈਆਂ ਨੇ ਜਿਵੇਂ ਮੋਟੂ ਪਤਲੂ ਹੋ ਗਿਆ ਕੋਈ ਉਰੇ ਜਾਨਵਰ ਬਣਿਆ ਹੋਇਆ ਕੋਈ ਟੰਗਾਂ ਲੰਮੀਆਂ ਕਰੀ ਫਿਰਦਾ ਉਰੇ ਕੋਈ ਬਾਂਦਰ ਬਣਿਆ ਹੋਇਆ A to Z ਚੀਜ਼ਾਂ ਉਰੇ ਯਾਰ ਸਾਰੇ ਕਲਚਰ ਦੀਆਂ ਦਿਖਾਈਆਂ ਹੋਈਆਂ ਨੇ ਜਿਵੇਂ ਬਾਹਰੇ ਰਾਜਸਥਾਨੀ ਕਲਚਰ ਆਪਾਂ ਨੂੰ ਮਿਲਦੇ ਨਹੀਂ ਕਿਤੇ ਰਾਜਸਥਾਨੀ ਕਲਚਰ ਆ ਜਿਹੜਾ ਉਹ ਅਲੱਗ ਤੋਂ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਦਿਖਾਇਆ ਹੋਇਆ ਉਰੇ ਜਿਵੇਂ ਆਪਣੇ ਐਂਟਰੀ ਗੇਟ ਦੀ ਬੈਠੇ ਨੇ ਉਹ ਢੋਲਕੀਆਂ ਲੈ ਕੇ ਛੈਣੇ ਲੈ ਕੇ ਆਪਦੇ ਉੱਥੇ ਲੋਕ ਨੱਚਦੇ ਆਉਂਦੇ ਨੇ ਅਤੇ ਬਾਕੀ ਜਿਹੜੀ ਵੀ ਚੀਜ਼ ਖਰੀਦਣੀ ਆ AC ਸੋਫੇ ਚਾਦਰਾਂ ਬੁੜੀਆਂ ਦਾ ਸਮਾਨ ਆ ਬੰਦਿਆਂ ਦਾ ਸਮਾਨ A to Z ਚੀਜ਼ ਆ ਉਰੇ ਬਾਈ ਝੂਲੇ ਲੱਗੇ ਹੋਏ ਨੇ ਇੱਕ ਤੋਂ ਇੱਕ ਆ ਪੂਰਾ ਨਜ਼ਾਰਾ ਬਹੁਤ ਘੱਟ ਮਿਲਦੇ ਨੇ ਬਾਈ ਸਾਡੇ ਪਿੰਡ ਖੁਦ ਦੇ ਪਿੰਡ ਸ਼ਾਜਲੀ ਮੇਲਾ ਲੱਗਦਾ ਪਰ ਕੋਈ ਉਹ 'ਚ ਐਡਾ ਰਸ਼ ਰਿਹਾ ਨਹੀਂ ਕਿਉਂ ਦੁਨੀਆ ਅੱਧੀ ਬਾਹਰ ਭਾਗੀ ਜਵਾਕ ਚੱਲੇ ਨੇ ਜਿਹੜੇ ਨਵੇਂ ਉਹ ਬਾਹਰ ਜਾਈ ਜਾਂਦੇ ਨੇ ਇੱਧਰ ਰਹਿ ਨਹੀਂ ਗਿਆ ਕੋਈ ਤਾਂ ਕਰਕੇ ਇਹ ਮੇਲਾ ਅਸੀਂ ਸਪੈਸ਼ਲ ਦੇਖਣ ਆਈ ਦੀ ਅਤੇ ਉਰੇ ਉਹੀ ਕੁਛ ਮਿਲਿਆ ਸਾਨੂੰ ਬਹੁਤ ਜ਼ਿਆਦਾ ਭੀੜ ਆ ਉਰੇ ਜਿਹੜੇ ਸਾਡੇ ਪਿੰਡਾਂ ਦੇ ਜਵਾਕ ਕੁੜੀਆਂ ਮੁੰਡੇ ਉਰੇ ਪੜ੍ਹਦੇ ਨੇ ਸਾਰੀ A to Z ਮੇਲਾ ਦਾ ਪਹੁੰਚੇ ਹੋਏ ਨੇ ਤਾਂ ਹੀ ਸਾਡੇ ਵਾਲੇ ਅੱਧੇ ਦੇਖ ਕੇ ਮਗਰ ਹੋ ਗਏ